ਅਸਲਾਮ ਵਾਲੇਕਮ ਜੀ ਸੰਗੀਆ ਦੋਸਤੋ, ਕਿਆ ਹਾਲ ਜਨਾਬ? ਠੀਕ ਕਿਉਂ? ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋ ਸਕੋ ਜੀ। ਵੱਲ ਸੋ ਅੱਜ ਜਨਾਬ ਅਸੀਂ ਜਾ ਰਹੇ ਹਾਂ ਮੱਛੀਆਂ ਦੇ ਸ਼ਿਕਾਰਾਂ ਪਰ, ਨਾਲੋ ਨਾ ਜਨਾਬ ਅਸੀਂ ਤੁਹਾਨੂੰ ਦੱਸਾਂ ਨਜ਼ਾਰੇ। ਪਟਵਾਰੀ ਸਲੀਮ ਸਾਹਿਬ ਜਨਾਬ ਤੱਕ ਫਿੱਟ ਹੋਏ ਸਾਡੇ ਨਾਲ। ਅੱਜ ਜਨਾਬ ਅਸਾਂ ਮੱਛੀਆਂ ਦਾ ਸ਼ਿਕਾਰ ਕਰਸਾਂ ਜਾ ਰਹੇ ਹਾਂ ਬੜੇ ਦੂਰ। ਇਨਸ਼ਾਅੱਲਾ ਉਮੀਦ ਕਰਦੇ ਹਾਂ ਜਨਾਬ ਕਿ ਤੁਸੀਂ ਇੰਜੋਏ ਕਰਸੋ। ਹੁਣ ਕਿਆ ਕਰ ਸੋ ਜੀ ਨਾਲ ਨਜ਼ਾਰੇ ਪਏ ਜਨਾਬ ਗੜਿਆਲ ਬਾਈਪਾਸ ਤੋਂ ਕੈਚੋ, ਸੋਹਣਾ ਆਜ਼ਾਦ ਕਸ਼ਮੀਰ ਦਾ ਨਜ਼ਾਰਾ ਹੈ ਜਨਾਬ। ਬਾਈਪਾਸ ਗੜਿਆਲ ਦਾ ਰੋਡ ਅਸ਼ੀ ਵੀ ਹੈ ਜਨਾਬ, ਮੀਂਹ ਕਿਆ ਪਲਾ ਕਰ ਲਿਆ। ਹੁਣ ਅਸਾਂ ਜਾਈਏ ਜਨਾਬ ਅੱਜ ਆਸਾਂ ਬਣੀ ਦੂਰ ਕਾਕੜਾ ਤੋਂ। ਦੇਖੋ ਜਨਾਬ ਕਿਆ ਖੂਬਸੂਰਤ ਨਜ਼ਾਰਾ ਹੈ ਗੜਿਆਲ ਆਜ਼ਾਦ ਕਸ਼ਮੀਰ, ਸੋਹਣੇ ਸਰਸਬਜ਼ ਪਹਾੜ। ਜਨਾਬ ਕਸਰੇ ਯੂਨਸ ਗੜਿਆਲ ਨਾਲ ਬੜਾ ਮੈਰਿਜ ਯਾਦ ਔਰ ਬੜਾ ਖੂਬਸੂਰਤ ਮੈਰਿਜ ਯਾਦ। ਜਨਾਬ ਖੱਬੇ ਥੈਪੁਰ ਪਲਾਕ, ਸੱਜੇ ਥੈਪੁਰ ਮੋੜਾ ਗਣਿਆਲ, ਸਿੱਧਾ ਜਾਣਾ ਰਾਜ ਨੈ ਉਹਨਾਂ ਆਜ਼ਾਦ ਕਸ਼ਮੀਰ ਨੇ ਰੋਡ ਬਣੇ ਪਏ। ਜਨਾਬ ਗੈਸ ਸਟਾਰਟ ਹੋਣਾ ਨੇ ਜੀ ਗੜਿਆਲ ਨਿਊ ਸਿਟੀ, ਜਿਹੜੀ ਡੈਮਨੀ ਅਪਰੇਜ਼ਿੰਗ ਹੋਈ ਜੀ, ਉਸ ਤੋਂ ਬਾਅਦ ਹੈ ਆਬਾਦੀ ਹੋਈ ਸੀ ਅਪਰੇਜ਼ਿੰਗ ਨਾਲ ਪ੍ਰੋਜੈਕਟਸ ਆ। ਜ਼ਬਰਦਸਤ ਨਜ਼ਾਰਾ ਨਿਊ ਟਾਊਨ ਗੜਿਆਲ ਮੰਗਲਾ ਡੈਮ ਰੇਜ਼ਿੰਗ ਪ੍ਰੋਜੈਕਟ, ਬੜੀਆਂ ਸੋਹਣੀਆਂ ਸੋਹਣੀਆਂ ਕੋਠੀਆਂ। ਪਹਿਲਾਂ ਉਸ ਤਰੀਕੇ ਨਾਲ ਦਰਜ ਨਹੀਂ ਹੋਇਆ ਜਿਸ ਤਰ੍ਹਾਂ ਹੋਣਾ ਚਾਹੀਦਾ। ਦਸ ਕੋਠੀਆਂ ਬੜੀਆਂ ਸੋਹਣੀਆਂ ਸੋਹਣੀਆਂ, ਇਹ ਕੋਈ ਸਰਕਾਰੀ ਬਿਲਡਿੰਗ ਬਣੀ ਸੀ ਕਿ ਬੇਚਾਰੀ ਇੱਥੇ ਹੀ ਗਈ। ਅਤੇ ਜਨਾਬ ਪਲਾਕ ਡੈਮ ਨਾ ਏਰੀਆ ਸਟਾਰਟ, ਤੱਕੋ ਕਿਤਨਾ ਖੂਬਸੂਰਤ ਨਜ਼ਾਰਾ। ਆਬਾਦੀ ਕਾਫੀ ਹੋਈ ਗਈ ਹੈ, ਹਾਲੇ ਤੱਕ ਪਾਣੀ ਉਸ ਹਿਸਾਬ ਨਾਲ ਚੜਿਆ ਨਹੀਂ, ਲੇਕਿਨ ਫਿਰ ਵੀ ਤੱਕੋ ਹੈਲੀ ਕਾਫੀ ਆ। ਇਹ ਪਲਾਕ ਡੈਮ, ਇਹ ਜਨਾਬ ਪੁੰਛ ਦਰਿਆ ਸ਼ਮਾ ਵਿਆਪਕ ਸਾਈਡ ਲੈ ਕੇ ਮੰਗਲਾ ਡੈਮ। ਐਸਾ ਖੂਬਸੂਰਤ ਨਜ਼ਾਰਾ ਆ, ਗ੍ਰੀਨਰੀ ਪਹਾੜ। ਆਪਾਂ ਜਨਾਬ ਦਾਤ ਦਿੰਦੇ ਹਾਂ ਆਜ਼ਾਦ ਕਸ਼ਮੀਰ ਦੀ ਗੌਰਮੈਂਟ ਕੀ ਇਹਦੇ ਨਾਲ ਜ਼ਬਰਦਸਤ ਰੋਡਾਂ ਬਣਾਈਆਂ, ਅੱਛੀ ਡਿਵੈਲਪਮੈਂਟ ਕੀਤੀ, ਬੜਾ ਖੂਬਸੂਰਤ ਨਜ਼ਾਰਾ। Thank you.
ਜਾਂਦਾ ਜਨਾਬ ਇੱਕ ਰੋਡ ਚਲੀ ਜਾਣੀ ਗੁਲਪੁਰ ਕੋਟਲੀ ਚਕਸਵਾਰੀ ਆਪਾਂ ਸਿੱਧੇ ਜਾ ਸਾ ਮੀਰਪੁਰ ਵਾਲੀ ਸਾਈਡ ਆਪਾਂ ਗੱਡੀਆਂ ਲੈਣੀਆਂ ਪਈਆਂ ਅਤੇ ਕੋਟਲੀ ਗੁਲਪੁਰ ਚਕਸਵਾਰੀ ਵਾਲੇ ਪਾਸੇ ਜਾਣਾ ਅਸਾਂ ਹੁਣ ਜਾਣਾ ਚਕਸਵਾਰੀ ਔਰ ਮੀਰਪੁਰ ਵਾਲੇ ਪਾਸੇ ਤਹਿਸੀਲਦਾਰ ਹੋਵੋ ਜਨਾਬ ਜਨਾਬ ਖੂਬਸੂਰਤ ਨਜ਼ਾਰੇ ਆਜ਼ਾਦ ਕਸ਼ਮੀਰ ਨੇ ਬੜੀ ਸੋਹਣੀ ਜਗ੍ਹਾ ਸੁੰਦਰੀ ਜਗ੍ਹਾ ਹਰਿਆਲੀ ਹਰਿਆਲੀ ਜਨਾਬ ਕੇਸਰ ਬਾਜ਼ਾਰ ਗੜਿਆਲੂ ਉੱਠਿਆ ਜਨਾਬ ਨਿਕਲੋ ਲੈਣਾ ਛੋਟਾ ਜਿਹਾ ਬਾਜ਼ਾਰ ਆ ਬੱਸੀ ਚਕਸਵਾਰੀ ਹੈ ਜਨਾਬ ਇੱਕ ਰੋਡ ਫੇਰੀ ਜਾਣੀ ਨੇ ਚੌਕ ਸਾਹਿਬਾਂ ਚੌਕ ਸਾਹਿਬਾਂ ਰੋਡ ਜਾਣੀ ਇਹ ਸਿੱਧੀ ਜਾਂਦੀ ਪਰ ਚਕਸਵਾਰੀ ਹੁਣ ਜਾ ਸਕੇ ਦੱਸਾਂ ਚਕਸਵਾਰੀ ਜਨਾਬ ਚਕਸਵਾਰੀ ਬਾਜ਼ਾਰ ਵੈਸੇ ਚਕਸਵਾਰੀ ਬਾਜ਼ਾਰ ਦੇ ਰਾਈਟ ਸਾਈਡ ਉੱਪਰ ਪੂਨਾ ਇੱਧਰ ਪੂਨੇ ਜਾਓ ਜੀ ਚਕਸਵਾਰੀ ਬਾਜ਼ਾਰ ਦੇ ਇੱਧਰ ਉੱਗਾ ਜਾਓ ਤਾਂ ਮੀਰਪੁਰ ਇਹ ਚੌਕ ਆ ਅਗਲਾ ਸਟਾਪ ਅਸੀਂ ਜੀ ਇਸਲਾਮ ਘਰ ਉਸਨੇ ਸੋ ਕਿਆ ਕਾਕੜਾ ਕਾਉਣ ਜਿੱਥੇ ਅਸਾਂ ਮੱਛੀਆਂ ਦਾ ਸ਼ਿਕਾਰ ਕਰਨਾ ਇਹ ਨੇ ਜਨਾਬ ਚਕਸਵਾਰੀ ਆਜ਼ਾਦ ਕਸ਼ਮੀਰ ਮੈਂ ਅਮੀਰ ਤਰੀਨ ਏਰੀਆ ਸਿੰਗਲ ਪੁਲਾ
हिल आए डबल नहीं आया, बाकी रोडा ठीक हैं लेकिन इतना डबल गड्डी ने क्रॉस नहीं होना, इतना कली गली गली। जनाब काकड़ा टाउन पहुंच गया यहाँ और लैब स्टे की चाह छापी है फिर अगला।